अब्दुल वहाब जेड़ा है ना आजाद हो गया आजाद हो गया आजाद हो गया। फोन का जेड़ा ना बड़ा शौक रखता है ता जेड़ा ना बज बज के बाहर निकल रहा जाले विचो ओ ओ ए की कीता ही दे छड़े नहीं होर नहीं देना होर कोई नहीं मेरे को आओ ले लो ले लो जा ले लो ले लो ले लो जा आओ ले लो मम्मा चाय ना लो ले लो ले लो ले वो तो फोन लाए के बजेगा और अनु फिर ना दोबारा ले लवे राक्षस सिंह मैं उठा अज लेट ते मेरे जेड़े काम हैगे ओ बेगम सभा कर रही है अगे मैं पानी वगैरह तरोकना हुंदा सी मिस्त्री आण तों पहले ते अज जेड़ा ना ए तरोक रही है ते मिस्त्री और आ गए ने मसाला वगैरह बना रहे ने। मैं लेट क्यों उठा वो मैं तुहानूं दस दिना उहदी वजह है कि कल मैं गया सी साहिवाल ते उधर ही थोड़ा बहुत लेट आया सी थकावट हो गई सी थकावट की वजह तो हो गया सी बुखार रात नूं काफ़ी ज़्यादा ते रात नूं जिहड़ी दवाई लई सी ते हुण तकरीबन तबीयत ठीक हैगी देर तक जिहड़ा है ना सुत्ता रहा क्यों जिसम जिहा दर्द कर रहा सी तां करके ते इहनूं कि अज जिहड़ा ना पानी वगैरह तूं तरोक ते जिहड़ा ना मैं दस मिंट नहीं घंटा डेढ़ जिहड़ा है ना मैं लेट उठांगा। अस्सलामुअलैकुम क्या हाल चाल है सारे बहन भाइयों के मैं दुआ करनी हाँ कि ठीक हो सन अल्लाह पाक का शुक्र मैं बिल्कुल ठीक ठाक आज है सुबह का टाइम है निवास का काम अज वही करना पै गया बच्चे जेड़े आगे मिट्टी कहाँ तो ना आखिया मिट्टी कुट्टो है कहाँ आखे अपने आप ही जेड़ा है ना छोटे चक के तो शौक है ना बड़ा मिट्टी कुट्टन का मिट्टी कुट्टन लगे बस जो तो बंदा छोटा हो ना तो एवें ही हरकत करता है कोई नहीं पता लगता औखा काम है कि सौखा है पहले वो रेत खिलार रहे सी सुबह सुबह इन्होंने रोकया मैं जो उठा तो फिर रेत जी इन्होंने रुके ने तो फिर जे चक के बह गए ने मिट्टी ते सोटे हाँ चक लो आ जा ਐਲਨ ਚੱਕ ਲੈ ਮੈਂ ਤਰੋਕ ਲੈਣਾ ਆ ਪੈ ਪੌਦੇ ਦੇ ਮਸਾਲਾ ਬਣਾਉਂ ਬੰਦ ਉਹ ਤੂੰ ਬੰਦ ਤਾਂ ਨਹੀਂ ਕੀਤੀ ਹੋਈ ਬੰਦ ਕੀਤਾ ਹੋਇਆ ਮਿਲ ਲਗੇ ਵਾਲ ਖੁੱਲਾ ਉਹ ਤੂੰ ਮੈਂ ਤਾਂ ਬੰਦ ਕਰਕੇ ਦਿੱਤਾ ਦੌੜਾ ਟੀਟੂ ਤੇ ਅੱਜ ਹੋਰ ਵੀ ਕਾਫੀ ਸਾਰੇ ਕੰਮ ਨੇ ਇੱਕ ਤਾਂ ਸਭ ਤੋਂ ਪਹਿਲੇ ਇਹ ਵਾਲੀ ਜਿਹੜੀ ਕਿਰਾਇਤ ਲੈ ਕੇ ਆਉਂਦੀ ਸੀ ਇਹ ਵਾਪਸ ਕਰਨੀ ਆ ਕਿਉਂਕਿ ਦੋ ਦਿਨ ਹੋ ਗਏ ਨੇ ਇਹ ਵਿਹਲੀ ਖੜੀ ਆਉਣ ਦੀ ਜ਼ਰੂਰਤ ਕੋਈ ਨਹੀਂ ਅਤੇ ਕੱਲ੍ਹ ਇਹ ਵਾਪਸ ਦੇਣੀ ਸੀ ਲੇਕਿਨ ਅਸੀਂ ਸ਼ਹਿਰ ਚਲੇ ਗਏ ਸੀ ਅਤੇ ਅੱਜ ਮਿਸਤਰੀ ਬਾਈ ਹੋਰੀ ਕਹਿ ਰਹੇ ਨੇ ਕਿ ਲੈ ਜਾਓਗੇ ਫਿਰ ਹੁਣ ਰੇੜੀ ਸ਼ਾਮ ਨੂੰ ਜਾਣ ਲੱਗਿਆ ਅਤੇ ਹੁਣ ਨਹੀਂ ਹੁਣ ਉਹਨਾਂ ਕਿਰਾਇਆ ਗੇਣ ਲੈਣਾ ਤਕਰੀਬਨ 8 ਵਜੇ ਦੇ ਵੀ ਹੈ ਨਾ ਅੱਜ ਦੇ ਹੀ ਉਹਨਾਂ ਕਿਰਾਇਆ ਲੈ ਲੈਣਾ ਤੁਸੀਂ ਜਿਸ ਹੁਣ ਟਾਈਮ ਕੀ ਹੋ ਗਿਆ ਤਕਰੀਬਨ ਮੇਰੇ ਖਿਆਲ 9 ਵਜ ਗਏ ਨੇ ਤੇ ਮਸਾਲਾ ਮਸੂਲ ਸ਼ਾਮ ਨੂੰ ਲੈ ਜਾਵੀ ਕੋਈ ਨੀ ਸ਼ਾਮ ਜਿਸ ਟਾਈਮ ਤੁਸੀਂ ਘਰ ਜਾਣਾ ਹੈ ਨਾ ਉਸ ਟਾਈਮ ਨਾਲ ਲੈ ਜਾਇਆ ਲੱਕੜਾਂ ਜਿਹੜੀਆਂ ਹੈਗੀਆਂ ਸਾਡੀਆਂ ਆ ਗਈਆਂ ਨੇ ਇਸ ਵਾਰੀ ਇਹ ਮੈਂ ਨਵੀਆਂ ਲੈ ਆਉਂਦੀਆਂ ਸਿਨੀਆਂ ਸਿਨੀਆਂ ਥੋੜ੍ਹੀ ਮਿਕਸ ਨੇ ਵੀ ਕੁਛ ਸਿਨੀਆਂ ਨੇ ਤੇ ਕੁਛ ਸੁੱਕੀ ਵਿਲੀਆਂ ਹੋਈਆਂ ਨੇ ਸੁੱਕੀਆਂ ਨੇ ਉਂਝ ਵਿਲੀਆਂ ਹੋਈਆਂ ਨੇ ਗੱਡੀ ਚੱਲ ਰਹੀ ਹੈ ਨਾ ਤਾਂ ਨਾ ਸੌਂ ਰਿਹਾ ਇਹ ਖਾ ਰਿਹਾ ਕਿ ਨਾ ਰਿਹਾ ਰਸ ਨਾ ਕੰਮ ਵੇਖੋ ਇਹਦੇ ਥੋੜ੍ਹੇ ਚਾਹ ਦਿੰਦਾ ਹੁਣ ਚਾਹ ਦਿੰਦਾ ਸੱਟਿਆ ਤਾਂ ਆਪ ਹੀ ਵਿੱਚ ਕੰਨੀ ਹੱਲ ਹੱਲ ਸਾਰਾ ਮੂੰਹ ਤੇ ਕੱਪੜਿਆਂ ਤੇ ਬੋਰ ਬੋਰ ਕੇ ਸੱਟੀ ਜਾ ਮੈਂ ਗਿਆ ਹੋਇਆ ਸੀ ਜੀ ਸਬਜ਼ੀ ਲੈਣ ਅਤੇ ਅੱਜ ਬੇਗਮ ਨੇ ਨਾਲੇ ਕਿਹਾ ਸੀ ਫਰੂਟ ਲੈ ਕੇ ਆਓ ਇਹ ਸਬਜ਼ੀ ਫੜ ਆਲੂ ਪਾਲਕ ਕੋਈ ਨਹੀਂ ਮਿਲੀ ਅਤੇ ਇਹ 2-3 ਚੀਜ਼ਾਂ ਹੈਗੀਆਂ ਨੇ ਤੈਨੂੰ ਦੱਸਣਾ ਬਾਅਦ ਵਿੱਚ ਮੈਨੂੰ ਇੱਕ ਵਾਰੀ ਲਾ ਲੈਂਦੇ ਦੂਸਰਾ ਛਾਪਰ ਵੀ
ਐਵੇਂ ਜਪਾਨੀ ਵੀ ਅੱਜ ਆਇਓ ਸੀ ਚੰਗੇ, ਜਪਾਨੀ ਵੀ ਲੈ ਆਉਂਦੇ ਨਹੀਂ। ਮੈਂ ਹਵਾ ਵਾ ਦਿਨ ਹੋ ਗਏ ਬੱਚਿਆਂ ਵਾਸਤੇ ਖਾਣ ਪੀਣ ਦੀ ਸ਼ੈ ਕੋਈ ਨਹੀਂ ਲੈ ਆਉਂਦੀ। ਜਪਾਨੀ ਫਲ ਅਤੇ ਸੇਬ ਅਤੇ ਅੰਗੂਰ ਇਹਨਾਂ ਨੂੰ ਧੋ ਕੇ ਅਤੇ ਫਰਿੱਜ 'ਚ ਰੱਖ ਦੇ, ਫਿਰ ਦੁਪਹਿਰ ਟਾਈਮ ਜਿਸ ਟਾਈਮ ਬੱਚੇ ਮੰਗਣ ਉਸ ਟਾਈਮ ਉਹਨਾਂ ਨੂੰ ਦੇ ਦੇਵੀ। ਸਹੀ ਹੈ। ਅਤੇ ਬਾਕੀ ਸਬਜ਼ੀ ਆਲੂ ਪਾਲਕ ਤਾਂ ਮਿਲੀ ਕੋਈ ਨਹੀਂ, ਪਾਲਕ ਕੋਈ ਨਹੀਂ ਹੈਗੀ ਸੀ, ਆਲੂ ਪਏ ਆਣ, ਪਾਲਕ ਪਈ ਸੀ ਹੈਗੀ ਸੀ ਕੱਲ੍ਹ ਪਰਸੋਂ ਦੀ ਮੇਰੇ ਖਿਆਲ, ਤਾਜ਼ੀ ਨਹੀਂ ਹੈਗੀ ਸੀ। ਮਟਰ ਹੈਗੇ, ਆਲੂ ਹੈਗੇ, ਨਵੇਂ ਨਵੇਂ ਹੁੰਦੇ ਨੇ ਕਿ ਪਤਾ ਨਹੀਂ ਸਟੋਰ ਵਾਲੇ ਹੁੰਦੇ ਨੇ ਕਦੇ ਨਵੇਂ। ਅਤੇ ਨਾਲ ਜਨਾਬੀ ਲਈ ਗਾਜਰਾਂ ਨਹੀਂ, ਮਟਰ ਆਲੂ ਗਾਜਰ ਤਿੰਨ ਚੀਜ਼ਾਂ ਅੱਜ ਨਾ, ਹਾਂ ਅੱਜ ਪਕਾਵਣ ਵਾਲੇ ਵੱਟ ਕੱਢ ਦੇ ਵੇਖੀ ਜਾਸੀ। ਵਹਾਬ ਤੋਂ ਕੀ ਚੀਜ਼ ਲੈਣੀ, ਤੂੰ ਕੀ ਲੈਣਾ ਲਾਣ ਹੋਇਆ ਖਲਾ ਛੱਪਰਾਂ 'ਚ ਕੀ ਚੀਜ਼ ਧੋ ਕੇ ਦਿਖਾ। ਫਾਦਲਾ ਫਾਦਲਾ ਇਵੇਂ ਉਹ ਪੈਂਦਾ, ਧੋ ਕੇ ਨਹੀਂ ਲੈਣਾ ਮੈਂ। ਫਾਦਲਾ ਫਾਦਲਾ ਫਸ ਫਤਿਆ ਲੈ ਕੇ ਤੁਸੀਂ ਉਹ ਅੰਗੂਰ ਮਿੱਠੇ ਨੇ ਕਿ ਕੋਈ ਨਾ। ਅਬਦੁਲ ਵਹਾਬ ਖਾ ਰਿਹਾ ਜੀ ਅੰਗੂਰ, ਇਹ ਸੱਥ 'ਚ ਫੜੇ, ਮੈਂ ਲੈ ਲਵਾਂ। ਓ ਇਲਾ 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 ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ, ਕੀ ਹਾਲ ਚਾਲ ਸਾਰੇ ਭੈਣ ਭਾਈਆਂ ਦੇ, ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋ। ਉਸ ਤੋਂ ਅੱਲਾਹ ਪਾਕ ਦਾ ਸ਼ੁਕਰ ਹੈ, ਅਸੀਂ ਬਿਲਕੁਲ ਠੀਕ ਠਾਕ ਹਾਂ। ਔਰ ਮੈਂ ਦੁਆ ਕਰਨਾ ਸਾਡੇ ਵੇਖਣ ਵਾਲੇ ਭੈਣਾਂ ਭਾਈ ਵੀ ਹਮੇਸ਼ਾ ਹੱਸਦੇ ਵਸਦੇ ਰਹਿਣ ਅਤੇ ਖੁਸ਼ ਆਬਾਦ ਰਹਿਣ, ਹਮੇਸ਼ਾ ਸਲਾਮਤ ਰਹਿਣ। ਅਤੇ ਸਾਡੀ ਦੁਆ ਹੈਗੀ ਅੱਲਾਹ ਪਾਕ ਕਬੂਲ ਕਰੇ, ਤੁਸੀਂ ਵੀ ਆਮੀਨ ਕਹਿ ਦਿਓ। ਕਿਉਂਕਿ ਕਾਫੀ ਸਾਰੇ ਭੈਣ ਭਾਈਆਂ ਨੂੰ ਟੈਨਸ਼ਨਾਂ ਵੀ ਹੁੰਦੀਆਂ ਨੇ ਅਤੇ ਕਾਫੀ ਸਾਰੇ ਭੈਣ ਭਾਈ ਪਰੇਸ਼ਾਨ ਵੀ ਕਿਸੇ ਨਾ ਕਿਸੇ ਗੱਲ ਤੋਂ ਹੁੰਦੇ ਨੇ, ਅੱਲਾਹ ਪਾਕ ਉਹਨਾਂ ਦੀ ਪਰੇਸ਼ਾਨੀ ਵੀ ਖਤਮ ਕਰੇ। ਅਤੇ ਅੱਜ ਦੇ ਮੇਨ ਟੋਪਿਕ 'ਤੇ ਆਉਂਦੇ ਹਾਂ। ਕੱਲ੍ਹ ਜਿਹੜੇ ਹੈਗੇ ਨੇ ਪੈਸੇ ਲੈ ਆਉਂਦੇ ਸੀ, ਕਿਉਂਕਿ ਲੈਣੀਆਂ ਸੀ ਟਫ ਟੈਲ ਜਿਹੜੀ ਲਾਣੀ ਥੱਲੇ ਫਰਸ਼ 'ਤੇ, ਅਤੇ ਉਹਦੇ ਅੱਧੇ ਪੈਸੇ ਦਿੱਤੇ ਹੋਏ ਸੀ ਜਿਹੜੇ ਬਾਈਕ ਉਹ ਬਣਵਾ ਰਹੇ ਹਾਂ ਅਸੀਂ ਇੱਥੇ ਲਾਗੇ ਜਿਹੜੇ ਛੋਟਾ ਸ਼ਹਿਰ ਹੈਗਾ ਉੱਥੋਂ ਹੀ ਬਣਵਾ ਰਹੇ ਹਾਂ। ਕਿਉਂਕਿ ਸਫ਼ਰ ਤੋਂ ਲੈ ਕੇ ਆਇਆ ਮੈਂ ਕਿਹਾ ਜਿਹੜੀ ਨਾ ਇੱਕ ਤਾਂ ਟੁੱਟ ਵੱਜ ਜਾਂਦੀਆਂ, ਦੂਸਰੀ ਗੱਲ ਇਹ ਹੈ ਕਿ ਉੱਥੋਂ ਹੀ ਰੇਟ ਉਹੀ ਓ ਮਿਲਦੀਆਂ ਪਈਆਂ ਸੀ, ਅਤੇ ਇੱਥੋਂ ਹੀ ਰੇਟ ਉਹੀ ਜਿਹੜੀਆਂ ਮਿਲਣੀ, 35 ਰੁਪਏ ਦੀ ਤਕਰੀਬਨ ਜਿਹੜੀ ਨਾ ਇੱਕ ਫੁੱਟ ਦੀ ਟਾਇਲ ਮਿਲੀ ਆ ਟਫ ਟਾਇਲ। ਅਤੇ ਡਿਜ਼ਾਇਨ ਜਿਹੜਾ ਹੈਗਾ ਤੁਹਾਨੂੰ ਵਿਖਾਵਾਂਗੇ, ਪਹਿਲੇ ਕਾਫੀ ਸਾਰੇ ਬਹਿਣ ਪਈਆਂ ਵੇਖਿਆ ਹੋਵੇਗਾ ਅਤੇ ਬਾਕੀ ਤੁਸੀਂ ਵੇਖ ਲੈ ਜੇ। ਅਤੇ ਅੱਧੇ ਪੈਸੇ ਜਿਹੜੇ ਹੈਗੇ ਨੇ ਉਹਨਾਂ ਨੂੰ ਐਡਵਾਂਸ ਦੇ ਦਿੱਤੇ ਸੀ ਕਿ ਜਿਹੜੀਆਂ ਟਾਇਲਾਂ ਜਿਹੜੀਆਂ ਤੁਸੀਂ ਤਿਆਰ ਕਰੋ, ਟਾਇਲਾਂ ਜਿਹੜੀਆਂ ਹੈਗੀਆਂ ਬਿਲਕੁਲ ਤਿਆਰ ਹੋਈਆਂ ਪਈਆਂ ਨੇ, ਕੱਲ੍ਹ ਪਰਸੋਂ ਵੀ ਉਹਨਾਂ ਨੇ ਕਿਹਾ ਸੀ ਵੀ ਤਿਆਰ ਹੋ ਗਈਆਂ ਨੇ, ਆ ਕੇ ਜਿਹੜੀਆਂ ਟਾਇਲਾਂ ਨੇ ਨਾ ਚੱਕ ਲਓ। ਅਤੇ ਪੈਸੇ ਮੇਰੇ ਕੋਲ ਨਹੀਂ ਹੈਗੇ ਸੀ, ਪੈਸੇ ਮੈਂ ਕੱਲ੍ਹ ਲੈ ਆਉਂਦੇ ਨੇ ਅਤੇ ਅੱਜ ਉਹਨਾਂ ਨੂੰ ਬਾਕੀ ਦੇ ਪੈਸੇ ਦੇ ਕੇ ਟਾਇਲਾਂ ਜਿਹੜੀਆਂ ਨਾ ਚੱਕ ਕੇ ਲੈ ਆਉਂਦੇ। ਮੇਰੇ ਕੋਲ ਟਾਇਲਾਂ ਬਣਵਾਈਆਂ ਨੇ, ਉਹਨੇ ਬਾਈ ਨੇ ਕਿਹਾ ਕਿ ਮੇਰੇ ਕੋਲ ਜਿਹੜੀਆਂ ਨਾ ਟਾਇਲਾਂ ਰੱਖਣ ਦੀ ਜਗ੍ਹਾ ਥੋੜ੍ਹੀ ਆ, ਅਤੇ ਤੁਸੀਂ ਆਪਣੀ ਚੱਕ ਲਓ ਤਾਂ ਕਿ ਇੱਥੇ ਮੈਂ ਕੋਈ ਹੋਰ ਚੀਜ਼ ਕੋਈ ਹੋਰ ਸਮਾਨ ਜਿਹੜਾ ਨਾ ਰੱਖ ਲਵਾਂ। ਮੇਰੀ ਦਿਲ ਹੈਗੀ ਸੀ ਕਿ ਮਾਰਬਲ ਵਗੈਰਾ ਲਵਾ ਲੈਂਦਾ, ਲੇਕਿਨ ਮਾਰਬਲ ਦੇ ਤਾਂ ਪੈਸੇ ਫਿਰ ਮਿਲੇ ਨਹੀਂ, ਇੰਨੇ ਪੈਸੇ ਨਹੀਂ ਹੈਗੇ ਸੀ, ਮਾਰਬਲ ਕਾਫੀ ਸਾਰਾ ਜਿਹੜਾ ਨਾ ਮਹਿੰਗਾ ਬਣ ਜਾਣਾ ਸੀ। ਅਤੇ ਮੈਂ ਸੋਚਿਆ ਜਿਹੜੀ ਟਫ ਟਾਇਲ ਚਲੋ 8-10 ਸਾਲ ਜਾਂ 15 ਸਾਲ ਵੀ ਕੱਢ ਜਾਵੇਗੀ ਨਾ, ਅਤੇ ਜਿਹੜੇ ਨਾ ਪੈਸੇ ਪੂਰੇ ਹੋ ਜਾਵਣਗੇ, ਅਤੇ ਇਹਦਾ ਮਸਲ ਨਾ ਫਰਕ ਨਹੀਂ ਬਣਦਾ ਉਹਨਾਂ ਮਾਰਬਲ 'ਤੇ ਦਾ, ਤਕਰੀਬਨ ਸੇਮ ਹੀ ਹੈ ਚੀਜ਼ ਹੈਗੀ, ਉਹ ਵੀ ਪੱਥਰ ਤਰ੍ਹਾਂ ਇਹਨੇ ਵੀ ਥੱਲੇ ਲੱਗਿਆ ਰਹਿਣਾ ਫਰਸ਼ 'ਤੇ, ਅਤੇ ਉਹਨੇ ਵੀ ਲੱਗਿਆ ਰਹਿਣਾ, ਲੇਕਿਨ ਉਹਦੀ ਥੋੜ੍ਹੀ ਜਿਹੀ ਖੂਬਸੂਰਤੀ ਜ਼ਿਆਦਾ ਹੁੰਦੀ ਆ, ਲੇਕਿਨ ਚਲੋ ਐਡਜਸਟਮੈਂਟ ਕਰਨੀ ਪੈ। ਨਾਲੇ ਤੁਹਾਨੂੰ ਇਹ ਵੀ ਅੱਜ ਦੱਸਾਂਗੇ ਕਿ ਟੋਟਲ ਜਿਹੜੀ ਟਫ ਟਾਇਲ ਹੈਗੀ ਸਾਨੂੰ ਕਿਤਨੇ ਪੈਸਿਆਂ ਦੀ ਮਿਲੀ ਆ। ਇਸ ਸਾਈਡ ਤੋਂ ਜਿਹੜਾ ਹੈਗਾ ਨਾ ਘਰ ਦਾ ਕੰਮ ਟੋਟਲ ਮੁਕੰਮਲ ਹੋ ਗਿਆ, ਸਾਰਾ ਪਲਸਤਰ ਹੋ ਗਿਆ ਤਕਰੀਬਨ। ਬਾਕੀ ਇੱਥੇ ਇੱਕ ਕਿਚਨ ਬਣਾਉਣਾ, ਉਹ ਵੀ ਇਸ ਜਿਹੜੇ ਨਾ ਪਰਲੇ ਬਰਾਮਦੇ ਦੇ ਨਾਲ ਅਟੈਚ ਕਰਾਂਗੇ, ਇਸ ਸਾਈਡ ਤੋਂ ਦਰਵਾਜ਼ਾ ਰੱਖਾਂਗੇ ਅਤੇ ਫਰੰਟ 'ਤੇ ਬਣਾਵਾਂਗੇ, ਤਾਂ ਕਿ ਜਿਹੜਾ ਨਾ ਇਸ ਸਾਈਡ 'ਤੇ ਕਮਰਾ ਹੁੰਦਾ ਬਣ ਜਾਵੇਗਾ, ਲੇਕਿਨ ਦਰਵਾਜ਼ਾ ਜਿਹੜਾ ਹੈਗਾ ਨਾ ਇਸ ਸਾਈਡ ਤੋਂ ਜਿਹੜਾ ਨਾ ਅਟੈਚ ਹੋਵੇਗਾ, ਇਸ ਸਾਈਡ ਇਸ ਜਗ੍ਹਾ ਦਰਵਾਜ਼ਾ ਨਿਕਲੇਗਾ ਅਤੇ ਪਰਲੀ ਸਾਈਡ 'ਤੇ ਜਿਹੜਾ ਨਾ ਉਹਦਾ ਕਮਰਾ ਬਣ ਜਾਵੇਗਾ ਕਿਚਨ ਦਾ। ਅਤੇ ਅੱਜ ਮਿਸਤਰੀ ਬਾਈ ਹੋਰ ਜਿਹੜੇ ਹੈਗੇ, ਇਹ ਰਹਿੰਦਾ ਸੀ ਫਰੰਟ ਵਾਲੀਆਂ ਦੀਵਾਰਾਂ, ਇਹ ਅੱਜ ਤਕਰੀਬਨ ਹੋ ਜਾਵਣਗੀਆਂ ਟੋਟਲ ਪਲਸਤਰ ਸਵੇਰੇ ਸਵੇਰੇ 1-2 ਅਤੇ ਇਹ ਵਾਲਾ 3 ਪਰਦੇ ਜਿਹੜੇ ਹੈਗੇ ਨਾ ਪਲਸਤਰ ਹੋ ਗਏ ਨੇ, ਅਤੇ ਬਾਕੀ ਹਾਲੇ ਤੱਕ ਕਰਨ ਕੰਮ ਇਨਸ਼ਾਅੱਲਾ ਜਿਹੜਾ ਨਾ ਸ਼ਾਮ ਤੱਕ ਸਾਰੇ ਹੋ ਜਾਵਣਗੇ। ਇਹ ਵਾਲੇ ਜਿਹੜੀ ਸਾਈਡਾਂ ਜਿਹੜੀਆਂ ਹੈਗੀਆਂ ਨੇ ਬਾਹਰਲੀ ਸਾਈਡ ਤੋਂ ਪਲਸਤਰ ਹੋਈਆਂ ਹੋਈਆਂ ਨੇ, ਅੰਦਰਲੀ ਵਾਲੀ ਸਾਈਡ ਤੋਂ ਹੀ ਬਸ ਰਹਿੰਦੇ। ਪਹਿਲਾਂ ਲਿਆ ਕੇ ਮੇਰੀ ਦਿਲ ਹੈਗੀ ਕਿ ਇਸ ਪੌੜੀ ਦੇ ਥੱਲੇ ਜਿੱਥੇ ਉਹ ਤਵਾ ਪਿਆ ਹੈਗਾ ਰੋਟੀਆਂ ਪਕਾਉਣ, ਉਸ ਜਗ੍ਹਾ 'ਤੇ ਰੱਖ ਦਿਆਂਗੇ, ਕਿਉਂਕਿ ਕਾਫੀ ਸਾਰੀਆਂ ਹੋਈਆਂ ਨੇ, ਤਕਰੀਬਨ ਇਸ ਫਰਸ਼ 'ਤੇ ਵੀ ਲੱਗਣੀਆਂ ਨੇ ਇਸ ਜਗ੍ਹਾ 'ਤੇ ਵੀ, ਅਤੇ ਇੱਥੇ ਫਰੰਟ 'ਤੇ ਵੀ ਲੱਗਣੀਆਂ ਨੇ। ਤਕਰੀਬਨ 700-800 ਜਿਹੜੀ ਹੈਗੀ ਨਾ ਟਾਇਲ ਹੈਗੀ। ਫਰੂਟ ਜਿਹੜਾ ਹੈਗਾ ਧੋ ਕੇ ਫਰਿੱਜ ਦੇ ਵਿੱਚ ਅਸੀਂ ਰੱਖਿਆ, ਕਾਫੀ ਸਾਰੇ ਭੈਣ ਬਾਈ ਕਹਿੰਦੇ ਨਾ ਕਿ ਤੁਸੀਂ ਧੋ ਕੇ ਨਹੀਂ ਰੱਖਦੇ, ਅਸੀਂ ਧੋ ਕੇ ਰੱਖਿਆ ਨਾਲ ਟੋਕਰੀ ਦੇ ਵਿੱਚ ਅਤੇ ਟਰੇ ਦੇ ਵਿੱਚ, ਅੱਜ ਛਾਪਣਾ 'ਚ ਨਹੀਂ ਰੱਖਿਆ ਥੋੜ੍ਹੀ ਜਿਹੀ, ਇਹ ਵੀ ਅਸੀਂ ਅੱਜ ਚੇਂਜਿੰਗ ਲੈ ਆਉਂਦੀ ਆ। ਆਲੂ ਮਟਰ ਅਤੇ ਗਾਜਰਾਂ ਕੱਟ ਲਈਆਂ ਨੇ, ਅਤੇ ਸਵੇਰ ਵਾਸਤੇ ਤਕਰੀਬਨ ਸਬਜ਼ੀ ਬਚ ਗਈ ਆ, ਕਾਫੀ ਸਾਰੀ ਲੈ ਆਉਂਦੀ ਸੀ, ਅੱਜ ਵੀ ਪੱਕ ਜਾਵੇਗੀ, ਅਤੇ ਸਵੇਰ ਜਿਹੜੀ ਆ ਨਾ ਆਲੂ ਬਚ ਗਏ ਨੇ, ਅਤੇ
ਮਟਰ ਗਾਜਰਾਂ ਸਾਰੀਆਂ ਮੈਂ ਕੱਲ ਤੋਂ ਸਾਰੀਆਂ ਕੱਲ ਚਲੋ ਸਵੇਰ ਜਿਹੜਾ ਇਹਨਾਂ ਵਿੱਚ ਹੋਰ ਕੁਛ ਪਾ ਲਵਾਂਗੇ ਆਲੂ ਗੋਸ਼ਤ ਪਕਾ ਲਵਾਂਗੇ ਅੱਧਾ ਕਿਲੋ ਗੋਸ਼ਤ ਆਵੇਗਾ 130 ਰੁਪਏ ਦਾ ਅਤੇ ਸਵੇਰ ਦੀ ਵੀ ਜਿਹੜੀ ਨਾ ਸਬਜ਼ੀ ਬਣ ਜਾਵੇਗੀ ਵਿੱਚ ਆਲੂਆਂ ਦੇ ਸਹੀ ਹੈ ਨਾ ਮਸਾਲਾ ਵੀ ਜਿਹੜਾ ਉਹ ਵੀ ਤਕਰੀਬਨ ਬਚ ਗਿਆ ਮਿਰਚਾਂ ਵੀ ਟਮਾਟਰ ਵੀ ਅਦਰਕ ਉਦਰਕ ਸਾਰੀ ਅਰਸ਼ ਹੈ ਹਾਂ ਇੱਥੇ ਰੱਖ ਦੇ ਅਤੇ ਧਨੀਆ ਜਿਹੜਾ ਅੱਧਾ ਪਾ ਦੇ ਧਨੀਆ ਵੀ ਰੱਖ ਦੇਵੀਂ ਸਵੇਰ ਜਿਹੜਾ ਫਿਰ ਮਸਾਲਾ ਵੀ ਨਹੀਂ ਲੈਣਾ ਪਏਗਾ ਸਵੇਰ ਦਾ ਵੀ ਕੰਮ ਚੱਲ ਜਾਵੇਗਾ ਰੋਟੀਆਂ ਜਿਹੜੀਆਂ ਹੈਗੀਆਂ ਜੀ ਪੱਕੀਆਂ ਨੇ ਸਾੜੀ ਗਈ ਇੱਕ ਸਾੜੀ ਨਾ ਆਈ ਹੈ ਮਗਰੋਂ ਸੇਕਾ ਲਗਾ ਕੱਚੀ ਆ ਦੁਬਾਰਾ ਹਾਂਜੀ ਦੁਬਾਰਾ ਮਗਰੋਂ ਸੇਕਾ ਲਗਾ ਸਾਲਣ ਜਿਹੜਾ ਹੈਗਾ ਉਹ ਵੀ ਤਿਆਰ ਹੋ ਗਿਆ ਰੋਟੀ ਪਾਣੀ ਖਾ ਲਿਆ ਸੀ ਅਤੇ ਮੈਂ ਸ਼ਹਿਰ ਟਫ ਟਹਿਲ ਲੈਣ ਅਤੇ ਆਪਣੀ ਜਿਹੜੀ ਟਫ ਟਹਿਲ ਹੈਗੀ ਆਹ ਬਣੀ ਪਈ ਆ ਅਤੇ ਇੱਧਰ ਆਹ ਬਣੀ ਪਈ ਆ ਬਾਈ ਹੋਰ ਜਿਹੜੇ ਹੈਗੇ ਗਿਣਤੀ ਕਰ ਰਹੇ ਨੇ ਅਤੇ ਬਕਾਇਆ ਜਿਹੜੇ ਪੈਸੇ ਰਹਿੰਦੇ ਸੀ ਬਾਈ ਹੋਰਾਂ ਨੇ ਦੇ ਦਿੱਤੇ ਨੇ ਅਤੇ ਰਕਸ਼ਾ ਲੈ ਆਉਂਦਾ ਇਹਦੇ ਵਿੱਚ ਕਰਨੇ ਆ ਲੋਡ ਇਹ ਵਾਲਾ ਡਿਜ਼ਾਇਨ ਹੈਗਾ ਥੋੜ੍ਹਾ ਜਿਹਾ ਮੱਧਮ ਹੋਇਆ ਪਿਆ ਲੇਕਿਨ ਇਹਦੇ ਉੱਤੇ ਦੁਬਾਰਾ ਜਿਹੜਾ ਨਾ ਜਦੋਂ ਲੱਗ ਗਈਆਂ ਦੁਬਾਰਾ ਕਲਰ ਕਰਾਂਗੇ ਖਲੋ ਜਾ ਇੱਕ ਵਾਰੀ ਚੱਲ ਜਾਵਣ ਦਿਓ ਆਰਾਮ ਆਰਾਮ ਇੱਕ ਰਕਸ਼ਾ ਜਿਹੜਾ ਹੈਗਾ ਲੋਡ ਕਰਕੇ ਭੇਜ ਦਿੱਤਾ ਅਤੇ ਇਹ ਲਾਹ ਕੇ ਵਾਪਸ ਆਵੇਗਾ ਤਾਂ ਫਿਰ ਇਹਦੇ 'ਤੇ ਲੋਡ ਕਰਾਵਾਂਗੇ ਕਾਫੀ ਟਾਈਮ ਹੋ ਗਿਆ ਮੈਂ ਇੱਥੇ ਰਕਸ਼ਾ ਵਾਲੇ ਦਾ ਵੇਟ ਕਰ ਰਿਹਾ ਕਿਉਂਕਿ ਮੈਂ ਚਾਹੁੰਦਾ ਸੀ ਦੋ ਇੱਕ ਰਕਸ਼ੇ ਜਿਹੜੇ ਹੈਗੇ ਨਾ ਬਾਈ ਨੂੰ ਲੋਡ ਕਰਾ ਦੇਈਏ ਕਿਉਂਕਿ ਕਾਫੀ ਜਿਹੜਾ ਨਾ ਮਿਹਨਤ ਦਾ ਕੰਮ ਹੈ ਪਹਿਲੇ ਵਾਲਾ ਰਕਸ਼ਾ ਵੀ ਜਿਹੜਾ ਨਾ ਲੋਡ ਕਰਾ ਕੇ ਭੇਜਿਆ ਹੋਇਆ ਅਤੇ ਲੇਕਿਨ ਲਾਹ ਕੇ ਨਾ ਵਾਪਸ ਨਹੀਂ ਆਈ ਨਾ ਸਫ਼ਰ ਕੋਈ ਨਹੀਂ ਹੈਗਾ ਸੀ ਅਤੇ ਫੋਨ ਕਰਕੇ ਉਹਨੂੰ ਪੁੱਛਿਆ ਉਹ ਕਹਿ ਰਿਹਾ ਹਲੇ ਹੁਣ ਜਿਹੜਾ ਲਾਹ ਕੇ ਆ ਰਿਹਾ ਅਤੇ ਨਾਲੇ ਮੋਟਰਸਾਈਕਲ ਨੂੰ ਜਿਹੜਾ ਹੈਗਾ ਅੱਜ ਨਹਿਲਾਉਣਾ ਵੀ ਇਹਦੀ ਸਰਵਿਸ ਕਰਾਉਣੀ ਹੈ ਕਾਫੀ ਨਾ ਗੰਦਾ ਹੋ ਗਿਆ ਅਤੇ ਮਿੱਟੀ ਗੱਟਾ ਇਹਦੇ 'ਤੇ ਪਿਆ ਹੋਇਆ ਅਤੇ ਬਾਕੀ ਇਹਦਾ ਗਰਾਰੀ ਸੈੱਟ ਜਿਹੜਾ ਹੈਗਾ ਉਹ ਵੀ ਖਰਾਬ ਹੈ ਉਹ ਵੀ ਚੇਂਜ ਕਰਾਉਣਾ ਅਤੇ ਮੈਂ ਨਾ ਜਲਦੀ ਜਲਦੀ ਉਹ ਆ ਜਾਂਦਾ ਨਾ ਅਤੇ ਬਾਕੀ ਜਿਹੜੀਆਂ ਪਈਆਂ ਨੇ ਟੈਲਾਂ ਉਹਨੂੰ ਲੋਡ ਕਰਾ ਕੇ ਅਤੇ ਫਿਰ ਜਿਹੜਾ ਨਾ ਮੋਟਰਸਾਈਕਲ ਨਾਲ ਦੇ ਨਾਲ ਅੱਜ ਹੀ ਸੈੱਟ ਹੋ ਜਾਂਦਾ ਕਿਉਂਕਿ ਸਵੇਰ ਤੋਂ ਪੈ ਗਿਆ ਕੰਮ ਅਤੇ ਇਹਦੇ 'ਤੇ ਤਕਰੀਬਨ 2-3 ਘੰਟੇ ਲੱਗਣੇ ਨੇ ਸਵੇਰ ਦਾ ਟਾਈਮ ਬਚ ਜਾਵੇਗਾ ਬਾਈ ਹੋਰੀ ਜਿਹੜੇ ਹੈਗੇ ਸੱਟ ਕੇ ਆ ਗਏ ਨੇ ਬੜਾ ਤੇਰਾ ਇੰਤਜ਼ਾਰ ਕੀਤਾ ਸੀ ਯਾਰ ਕਰ ਬੈਕ ਕਰ ਤੇਰਾ ਇੰਤਜ਼ਾਰ ਕਰਦੇ ਰਿਹਾ ਮੈਂ ਇੱਥੇ ਤਾਂ ਖੜਾ ਸੀ ਮੈਂ ਕਿਹਾ ਦੂਸਰਾ ਗੇੜਾ ਹੀ ਲਦਾ ਦੇਵੀਏ ਤਾਂ ਕਿ ਜਲਦੀ ਹੋ ਜਾਵੇਗਾ ਕੰਮ ਕਰ ਬੈਕ ਦੂਸਰਾ ਰਕਸ਼ਾ ਜਿਹੜਾ ਹੈਗਾ ਉਹ ਵੀ ਲੋਡ ਕਰ ਲਿਆ ਸੀ ਅਤੇ ਹੁਣ ਜਾ ਰਿਹਾ ਘਰ ਨੂੰ ਅਤੇ ਦਿਨ ਵੀ ਜਿਹੜਾ ਹੈਗਾ ਲੱਥਣ ਵਾਲਾ ਅਤੇ ਹਲੇ ਮੋਟਰਸਾਈਕਲ ਦਾ ਜਿਹੜਾ ਹੈਗਾ ਉਹ ਵੀ ਕੰਮ ਕਰਾਉਣਾ ਅਤੇ ਬਾਈ ਨੂੰ ਕਿਰਾਇਆ ਦੇ ਕੇ ਅਤੇ ਰਕਸ਼ੇ ਦੀਆਂ ਬਾਕੀ ਟੈਲਾਂ ਜਿਹੜੀਆਂ ਹੈਗੀਆਂ ਲਾਹ ਕੇ ਅਤੇ ਫਿਰ ਆਵਾਂਗੇ ਵਾਪਸੀ ਫਿਰ ਸ਼ਹਿਰ ਬ੍ਰੇਕ 'ਤੇ ਪੈਰ ਰੱਖ ਕੇ ਬ੍ਰੇਕ 'ਤੇ ਬਸ ਟੈਲ ਜਿਹੜੀ ਹੈਗੀ ਜੀ ਅਸੀਂ ਲਾਹ ਲਈ ਹੈ ਸਾਰੀ ਇਹ ਵਾਲੀ ਥੋੜ੍ਹੀ ਜਿਹੀ ਮਲੂਟੀ ਆ ਜਦੋਂ ਇਹ ਧੋ ਲਈ ਨਾ ਉੱਤੋਂ ਲੱਗ ਗਈ ਸਾਫ਼ ਹੋ ਜਾਵੇ ਨਾਲੇ ਜਿਹੜੇ ਨਾ ਕਲਰ ਕਰ ਲਵਾਂਗੇ ਅਤੇ ਮਿਸਤਰੀ ਨੇ ਵਿਖਾਈਏ ਤਕਰੀਬਨ ਮਿਸਤਰੀ ਦੇ ਮਸ਼ਵਰੇ ਨਾਲ ਲਈ ਸੀ ਕਾਫ਼ੀ ਮਜ਼ਬੂਤ ਹੈਗੀ ਅਤੇ ਇਸ ਵਾਰੀ ਜਿਹੜੀ ਨਾ ਬੜੀ ਮਿੱਟੀ ਹੈ ਰਫ ਇਹਨੂੰ ਟਾਈਟ ਕਰਕੇ ਮਾਰਨੀ ਹੈ ਚੰਗੀ ਇਹਦੀ ਰੰਗ ਨਾ ਲਾਵੀਂ ਤਾਂ ਬਾਕੀ ਸਾਰਾ ਕੁਛ ਲਾ ਦੇ ਉੱਤੋਂ ਗੱਡੀ ਜਿਹੜੀ ਹੈਗੀ ਆ ਨਵਾ ਲਈ ਆ ਅਤੇ ਮੁੰਡੇ ਕਰ ਰਹੇ ਨੇ ਜੀ ਖੁਸ਼ਕ ਹੁਣ ਕੱਪੜਾ ਮਾਰ ਕੇ ਪਾਣੀ ਵਗੈਰਾ ਸਾਫ਼ ਕਰ ਰਹੇ ਨੇ ਮੋਟਰਸਾਈਕਲ ਨਵਾਇਆ ਸੀ ਅਤੇ ਸਟਾਰਟ ਵੀ ਨਹੀਂ ਹੋਇਆ ਬੰਦ ਹੋ ਗਿਆ ਸੀ ਲੱਗਦਾ ਇਹਦੀ ਵਾਇਰਿੰਗ 'ਚ ਪੈ ਗਿਆ ਪਾਣੀ ਅਤੇ ਬਾਕੀ ਇਹਦੀ ਟਿਊਨਿੰਗ ਵਗੈਰਾ ਕਰਾਉਣੀ ਸੀ ਮੋਬਾਇਲ ਇਹਦਾ ਚੇਂਜ ਅਤੇ ਇੱਕ ਇਹਦੀ ਆ ਗਰਾਰੀ ਮੇਰੇ ਖਿਆਲ ਖਰਾਬ ਹੋਈ ਪਈ ਆ ਬਿਲਕੁਲ ਸਲਿੱਪ ਹੋ ਗਈ ਦੰਦੇ ਸਾਰੇ ਖਰਾਬ ਹੋ ਗਏ ਨੇ ਇਹ ਵੀ ਚੇਂਜ ਕਰਾਉਣੀ ਹੈ ਗਰਾਰੀ ਵੀ ਅਤੇ ਵੈਸੇ ਹੀ ਨਾ ਬੜਾ ਤੰਗ ਕਰ ਰਿਹਾ ਸੀ 2-3 ਦਿਨ ਹੋ ਗਏ ਨਾ ਮੈਂ ਕਹਿੰਦੇ ਉੱਤੇ ਥੋੜ੍ਹੇ ਕੁ 1000-1 ਰੁਪਈਆ ਲਾ ਦੇਵੀਏ ਉਹ ਕਹਿੰਦੇ ਉੱਤੇ ਫਿਰ ਕਾਫੀ ਸਾਰਾ ਕੰਮ ਕਰਨਾ ਹੁੰਦਾ ਇਹਨੂੰ ਨਾ ਗੱਡੀ ਨੂੰ ਨਵਾਂ ਬਣਾ ਦੇ ਇੱਕ ਵਾਰੀ ਨਾ 2-3 ਦਿਨ ਹੋ ਗਏ ਨਾ ਭੱਜਦੀ ਬੜਾ ਥੋੜ੍ਹਾ ਪਈਏ
इंज ना गोड़ा बन जाए एक बार। ऐली गरारी जी कढ़ दिती है, खराब हो गई सी ते ऐली जी नवी पान लगियां हुण विच, ते बाकी फिल्टर वगैरा भी चेंज करांगे, मोबाइल भी इहदा चेंज करना। ठीक है ना, चार मोड़ पेचकस लै के आ यार, लै आ जी पेचकस। ऐ है ते चंगी गरारी, गरारी डोंगे दी भाई, डोंगे वाले की चाइनीज मां शाम हो गई आ, मिशन जेड़ा ना साडा खराब हो गया। मेरी दिल लगी सी गरारी खराब, लेकिन गरारी नहीं सारा चैन ही खराब निकला। भाई और जो चेक किया ना तो सारा चैन ही खराब सी, फिर गरारी सैट चैन सारिया गरारिया जेड़िया नवियां पा रहे हैं। सही है दा डफाम दा ही मिले, दूआ जेड़ा गा ना कोई होर किस्म दा मिले नहीं। मैं चल इयो ही दे दो भाई, कम तो गड़ाइए नहीं तो इत्थे ही रुके रहना सी। मैं तो सोचा सी जेड़ा ना 1000 रुपए का काम बनेगा सारे मोटरसाइकिल ते, लेकिन 2-3 हज़ार रुपये जेड़ा ना खर्च हो गया। तकरीबन रात दे 8 बज रहे ने ते हुण जेड़ा हैगा ना मोटरसाइकिल बनवा के घर आया मैं वापस, ते मैं तो हैगा सी मैं घंटा अद्धा लगेगा, लेकिन 2-3 घंटे लग गए मोटरसाइकिल सैट कराने, क्योंकि छोटे मोटे जेड़ा का के मुकाबला काफी सारे जेड़े प्रॉब्लम मसले हैगे सी जेड़े मिस्त्री ने हल करते। ते हुण दे इजाजत इंशाल्लाह ना कल तुहाडे नाल मुलाकात होगी इंशाल्लाह जरूर। ते तुहानू दस दे भी कि जिहड़ी टायर हैगी असीं किन्ने दी लई आ, इह टायर सानू मिली आ तकरीबन किराया वगैरा सारा पा के ना तकरीबन 26,000 रुपए दी जिहड़ी ना बणी आ। ते काफी सारे बहन भाई कह रहे थे टफ टायर तुसीं ना लवांदे, तुसीं ना मार्बल वगैरा लवा लैंदे। मार्बल जिहड़ा हैगा ना कम अज कम हुंदा जितनी दे 25-26 हज़ार या मसाला वगैरा पा के, ते टोटल जेकर इहदा हिसाब लाया जावे ने इह सानू पै जाणी आ तकरीबन 35,000 रुपए दे विच। ठीक आ, ते जे अगर मार्बल लवांदे ते ओह मिस्त्री ने हिसाब कीता सी ओह तकरीबन 1.5 लाख रुपए दा नुकसान हैगा सी मार्बल दा, ते ओह मैं कहा काफी जेड़ा ना महंगा पै जाणा, ते मार्बल नूं जेड़ा ना कैंसल करता। मैं कहा ये टफ टायर ला लईए, तकरीबन काफी सस्ता कम जेड़ा ना हो गया। ते ठीक है, जल्द चाहना जी, अस्सलामु अलैकुम।